हर लाइव का मतलब तमाशा नहीं, खबर का मतलब है एक भरोसा, और आपका भरोसा हमारी जिम्मेदारी है। ਜੀ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲੱਗਦੇ ਡੱਬਵਾਲੀ ਔਰ ਸਿਰਸਾ ਜ਼ਿਲ੍ਹਿਆਂ ਦੇ ਹਰਿਆਣੇ ਦੇ, ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਇੱਕ ਸਪੈਸ਼ਲ ਨਾਕਾਬੰਦੀ ਰੱਖੀ ਹੈ, ਜਿਹਦਾ ਨਾਂ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ। ਉਹਦੇ 'ਚ ਅਸੀਂ ਬੇਸਿਕਲੀ ਸਾਰੀ ਵਹੀਕਲਸ 'ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਇੱਥੇ ਗੱਡੀਆਂ ਸਪੈਸ਼ਲੀ ਕੋਈ ਜੇ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4-ਵੀਲਰ, ਉਹਨਾਂ 'ਤੇ ਅਸੀਂ ਚੈਕਿੰਗ 'ਤੇ ਫੋਕਸ ਰੱਖਾਂਗੇ। ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ, ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਏ ਭਾਵੇਂ ਸ਼ਰਾਬ ਦੀ ਜਾਂ ਕੁਛ ਵੀ ਇਲਿਸਿਟ, ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ। ਹਾਂਜੀ ਦੇਖੋ ਜੀ, ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਉਹਦੇ ਤਹਿਤ ਹੀ ਇਹ ਵਨ ਆਫ ਦ ਸਿਕਿਉਰਿਟੀ ਮੈਜਰਸ ਹੈ ਜਿਹੜੇ ਸਾਡੇ ਕੁੱਲ ਮਿਲਾ ਕੇ ਅਰਾਊਂਡ 16 ਇੱਦਾਂ ਦੇ ਨਾਕਾ ਪੁਆਇੰਟਸ ਹੈ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ। ਉਹਦੇ 'ਚ ਅੱਜ ਅਸੀਂ 8 ਇੱਦਾਂ ਦੇ ਪੁਆਇੰਟਸ ਚੂਜ਼ ਕਰਕੇ ਨਾਕਾਬੰਦੀ ਕੀਤੀ ਹੈ, ਅਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਨੇੜੇ ਆਏਗੀ ਅਸੀਂ ਆਪਣੇ ਨਾਕਿਆਂ ਦੀ ਨੰਬਰ ਵੀ ਵਧਾ ਦਾਂਗੇ ਅਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਹਾਂਜੀ ਸਾਡੀ ਜੀ ਹੁਣ ਤੱਕ ਮੇਰੀ 2 ਆਲਦੋ ਥਰੂ ਵੀਡੀਓ ਕਾਨਫਰੰਸ ਹੋਈ ਹੈ, ਇੱਕ ਵਾਰੀ ਸਾਡੀ ਜਿਹੜੇ ADGP ਹਿਸਾਰ ਰੇਂਜ ਹੈ ਸਾਡੇ ADG ਬਠਿੰਡਾ ਰੇਂਜ ਅਸੀਂ, ਅਤੇ ਸਾਡੇ ਜਿਹੜੇ ਜ਼ਿਲ੍ਹੇ ਜਿੱਦਾਂ ਬਠਿੰਡਾ ਹੋ ਗਿਆ ਮਾਨਸਾ ਮੁਕਤਸਰ ਸਾਹਿਬ ਪਟਿਆਲਾ ਵਗੈਰਾ ਜਿਹੜੇ ਇੰਟਰ ਸਟੇਟ ਲੱਗਦੇ ਹਰਿਆਣਾ ਦੇ ਨਾਲ, ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ, ਬਾਅਦ 'ਚ ਸਾਡੀ DC SSP ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ, ਔਰ DSP ਰੂਰਲ ਔਰ DSP ਤਲਵੰਡੀ ਸਾਬੋ ਔਰ ਇਹਨਾਂ ਦੇ ਜਿਹੜੇ ਥਾਣੇ ਲੱਗਦੇ ਆ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ। ਦੇਖੋ ਜੀ, ਕਿਉਂਕਿ ਇੱਥੇ ਇੰਟਰ ਸਟੇਟ ਹੈ ਇਸ ਕਰਕੇ ਇਹ ਜਿਹੜਾ ਸਾਡਾ ਹਾਈਟੈਕ ਨਾਕਾ ਡੂਮ ਵਾਲੀ ਇਹ ਵੀ ਇਸੇ ਐਂਗਲ ਤੋਂ ਸੈਟਅਪ ਕੀਤਾ ਗਿਆ ਸੀ, ਔਰ ਇਹਦੇ 'ਚ ਜੋ ਮੈਨੂੰ ਦੱਸਿਆ ਗਿਆ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀਆਂ ਰਹੀਆਂ, ਸੰਗਤ ਥਾਣਾ ਬੜਾ ਵਧੀਆ ਕੰਮ ਕਰਦਾ, ਅਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇੱਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਇਹ ਰਸਤਾ, ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣੀ ਰਿਕਵਰੀਜ਼ ਵਧਾਈਏ। ਹਰ ਲਾਈਫ ਕਾ ਮਤਲਬ ਤਮਾਸ਼ਾ ਨਹੀਂ, ਖਬਰ ਕਾ ਮਤਲਬ ਹੈ ਇੱਕ ਭਰੋਸਾ, ਔਰ ਆਪਕਾ ਭਰੋਸਾ ਹਮਾਰੀ ਜ਼ਿੰਮੇਦਾਰੀ ਹੈ।